ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਲਖਵਿੰਦਰ ਸਿੰਘ ਮੇਰੇ YouTube ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਆਓ ਅੱਜ ਅਸੀਂ ਗੱਲ ਕਰਾਂਗੇ ਇੱਕ ਵਿਸ਼ੇ ਤੇ ਜੋ ਵਿਸ਼ਾ ਹੈ ਸਾਡਾ ਸੱਚਾ ਪਿਆਰ ਟਰੂ ਲਵ ਸੱਚਾ ਪ੍ਰੇਮ ਇਸ ਟੌਪਿਕ ਤੇ ਅਸੀਂ ਅੱਜ ਵਿਸ਼ੇ ਦੇ ਨਾਲ ਆਪ ਜੀ ਦੇ ਨਾਲ ਮੈਂ ਸਾਂਝ ਪਾਵਾਂਗਾ ਸੋ ਆਓ ਜਾਣਨਾ ਕਰੀਏ ਕਿ ਜ਼ਿੰਦਗੀ ਦੇ ਵਿੱਚ ਸੱਚਾ ਪਿਆਰ ਹੁੰਦਾ ਕੀ ਹੈ ਅਸੀਂ ਸੱਚਾ ਪਿਆਰ ਕਿਵੇਂ ਕਿਸੇ ਨੂੰ ਕਰ ਸਕਦੇ ਹਾਂ ਸਾਨੂੰ ਕਿਵੇਂ ਪਤਾ ਲੱਗੇ ਕਿ ਕੋਈ ਸਾਨੂੰ ਸੱਚਾ ਪਿਆਰ ਕਰਦਾ ਹੈ ਪਹਿਲੇ ਤੇ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸੱਚਾ ਪਿਆਰ ਹੁੰਦਾ ਕੀ ਹੈ ਸੱਚੇ ਪਿਆਰ ਦਾ ਰੀਜ਼ਨ ਕੀ ਹੈ ਸੱਚਾ ਪਿਆਰ ਕਹਿੰਦੇ ਕਿਹਨੂੰ ਨੇ ਸੋ ਜਦੋਂ ਗੱਲ ਕਰਦੇ ਹਾਂ ਅਸੀਂ ਸੱਚੇ ਪਿਆਰ ਦੀ ਸੱਚਾ ਪਿਆਰ ਉਹ ਹੈ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਪੁੱਛਦੇ ਹਾਂ ਕਿ ਸੱਚਾ ਪਿਆਰ ਕੀ ਹੁੰਦਾ ਹੈ ਤੇ ਅੱਜ ਕੱਲ ਦੇ ਵਿਸ਼ੇ ਅਨੁਸਾਰ ਸਾਨੂੰ ਇਹੀ ਸੁਣਨ ਨੂੰ ਮਿਲੇਗਾ ਕਿ ਕੋਈ ਮਿੱਠ ਬੋਲੜਾ ਸੁਭਾਅ ਬਣਾ ਕੇ ਕੋਈ ਸਾਨੂੰ ਗੱਲਾਂ ਦੇ ਬੋਲ ਦੇ ਵਿੱਚ ਜਾਲ ਦੇ ਵਿੱਚ ਫਸਾ ਕੇ ਸਾਨੂੰ ਐਂ ਲੱਗਦਾ ਹੈ ਕਿ ਉਹ ਸਾਨੂੰ ਬੜਾ ਪਿਆਰ ਕਰਦਾ ਹੈ ਕੋਈ ਪਦਾਰਥਾਂ ਦੇ ਨਾਲ ਜੋੜ ਕੇ ਸਾਨੂੰ ਇਹ ਲੱਗਦਾ ਹੈ ਕਿ ਸਾਨੂੰ ਇਹ ਬੜਾ ਪਿਆਰ ਕਰਦਾ ਹੈ ਕੋਈ ਸਾਨੂੰ ਜੀਵਨ ਦੇ ਵਿੱਚ ਜੋ ਸਾਡੇ ਡ੍ਰੀਮਸ ਨੂੰ ਪੂਰੇ ਕਰਦਾ ਹੈ ਸਾਨੂੰ ਲੱਗਦਾ ਹੈ ਸਾਨੂੰ ਉਹ ਪਿਆਰ ਕਰਦਾ ਹੈ ਅਸਲ ਦੇ ਵਿੱਚ ਸੱਚਾ ਪਿਆਰ ਹੁੰਦਾ ਕੀ ਹੈ ਅਸੀਂ ਇਸ ਟੌਪਿਕ ਦੇ ਬਾਰੇ ਗੱਲ ਕਰਦੇ ਹਾਂ ਸੱਚਾ ਪਿਆਰ ਕਹਿੰਦੇ ਕਿਹਨੂੰ ਨੇ ਸੱਚਾ ਪਿਆਰ ਉਹ ਹੁੰਦਾ ਹੈ ਜੋ ਜ਼ਿੰਦਗੀ ਦੇ ਵਿੱਚ ਸਾਨੂੰ ਸੋਹਣਾ ਬਣਾਉਂਦਾ ਹੈ ਜੋ ਜ਼ਿੰਦਗੀ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਕੁਆਲਿਟੀ ਪੈਦਾ ਕਰਦਾ ਹੈ ਜੋ ਜ਼ਿੰਦਗੀ ਦੇ ਵਿੱਚ ਸਾਨੂੰ ਗਾਈਡਨੈਂਸ ਕਰਦਾ ਹੈ ਸਾਨੂੰ ਗਲਤ ਤੇ ਠੀਕ ਦਾ ਮਤਲਬ ਸਮਝਾਉਂਦਾ ਹੈ ਜੋ ਸਾਨੂੰ ਸਹੀ ਰਸਤੇ ਵੱਲ ਤੋਰਦਾ ਹੈ ਪਰ ਅੱਜ ਗੱਲ ਕਰੀਏ ਕਿਸੇ ਨੂੰ ਪੁੱਛਣਾ ਕਰੀਏ ਕਿ ਕੋਈ ਤੈਨੂੰ ਪਿਆਰ ਕਰਦਾ ਹੈ ਉਹ ਕੀ ਕਰਦਾ ਹੈ ਕਹਿੰਦੇ ਬਹੁਤ ਵਧੀਆ ਸੁਭਾਅ ਏ ਬੜਾ ਮਿੱਠਾ ਬੋਲਦਾ ਏ ਬੜਾ ਮਿੱਠਾ ਬੋਲਦਾ ਜਦੋਂ ਆਮ ਕਰਕੇ ਅਸੀਂ ਕਿਸੇ ਦੁਕਾਨ ਤੇ ਜਾਂਦੇ ਹਾਂ ਯਾਦ ਰੱਖਣਾ ਜਦੋਂ ਘਰ ਅਸੀਂ ਦੁਕਾਨ ਤੇ ਕਿਸੇ ਵੱਲ ਜਾਂਦੇ ਹਾਂ ਤੇ ਦੁਕਾਨ ਤੇ ਜਦੋਂ ਕਿਸੇ ਦੀ ਸ਼ੌਪ ਤੇ ਪਹੁੰਚਦੇ ਹਾਂ ਉਹ ਦੁਕਾਨਦਾਰ ਸਾਨੂੰ ਬੜਾ ਮਿੱਠਾ ਬੋਲਦਾ ਹੈ ਬੜੀ ਰਿਸਪੈਕਟ ਕਰਦਾ ਹੈ ਸਾਡੀ ਕਹਿੰਦਾ ਆਓ ਜੀ ਆਇਆਂ ਨੂੰ ਸਾਡੀ ਰਿਸਪੈਕਟ ਕਰਦਾ ਹੈ ਸਾਨੂੰ ਜੀ ਆਇਆਂ ਨੂੰ ਕਹਿੰਦਾ ਹੈ ਹੋਰ ਤਾਂ ਹੋਰ ਸਾਡੇ ਖਾਣ ਪੀਣ ਵਾਸਤੇ ਉਹ ਕਹਿੰਦਾ ਹੈ ਕਿ ਚਾਹ ਮੰਗਾਵਾਂ ਕੋਲਡ ਡਰਿੰਕ ਮੰਗਾਵਾਂ ਕੀ ਲਓਗੇ ਤੁਸੀਂ ਅਸੀਂ ਸੋਚਦੇ ਹਾਂ ਕਿ ਕਿੰਨਾ ਮਿੱਠਾ ਬੋਲਦਾ ਹੈ ਕਿੰਨਾ ਵਧੀਆ ਬੋਲਦਾ ਹੈ ਤੇ ਸਾਨੂੰ ਪਤਾ ਲੱਗਦਾ ਹੈ ਵੱਡੀ ਬੋਲਦਾ ਹੈ ਅਗਲਾ ਚਾਹ ਮੰਗਾ ਕੇ ਸਾਡੇ ਲਾਗੇ ਧਰ ਦਿੰਦਾ ਹੈ ਅਸੀਂ ਚਾਹ ਪੀ ਲੈਂਦੇ ਹਾਂ ਹੁਣ ਬੰਦੇ ਦੇ ਮਾਇੰਡ ਦੇ ਵਿੱਚ ਆਉਂਦਾ ਯਾਰ ਜਿੱਥੋਂ ਅਸੀਂ ਹੁਣ ਚਾਹ ਵੀ ਪੀ ਲਈ ਹੁਣ ਖਾਲੀ ਹੱਥ ਜਾਂਦੇ ਚੰਗੀ ਨਹੀਂ ਲੱਗਦੀ ਕੁਝ ਤਾਂ ਹੁਣ ਲੈ ਕੇ ਜਾਣਾ ਪਸੰਦ ਆਵੇ ਹੁਣ ਨਾ ਪਸੰਦ ਆਵੇ ਤੇ ਬੰਦੇ ਦੇ ਮਾਇੰਡ ਦੇ ਵਿੱਚ ਹੁੰਦਾ ਯਾਰ ਚਾਹ ਵੀ ਪੀ ਲਈ ਤੇ ਚੰਗੇ ਨਹੀਂ ਲੱਗੀ ਤਾਂ ਹੁਣ ਲੈ ਕੇ ਜਾਈਏ ਕੁਝ ਹੁਣ ਲੈ ਕੇ ਜਾਈਏ ਇੱਥੋਂ ਕੁਝ ਹੁਣ ਜਦੋਂ ਅਗਲਾ ਸਾਨੂੰ ਕੋਈ ਆਪਣੀ ਦੁਕਾਨ ਦੇ ਵਿੱਚ ਉਹ ਚੀਜ਼ ਦਿਖਾਉਂਦਾ ਹੈ ਅਸੀਂ ਖਰੀਦ ਲੈਂਦੇ ਹਾਂ ਸਾਨੂੰ ਪਸੰਦ ਆਵੇ ਅਸੀਂ ਖਰੀਦ ਲੈਂਦੇ ਹਾਂ ਤਾਂ ਖਰੀਦ ਕੇ ਜਿਹੜੀ ਚੀਜ਼ 500 ਰੁਪਏ ਦੀ ਹੁੰਦੀ ਹੈ ਉਹੀ ਚੀਜ਼ ਅਗਲਾ ਸਾਨੂੰ 900 ਰੁਪਏ 1000 ਰੁਪਏ ਵਿੱਚ ਵੇਚਦਾ ਹੈ ਸਾਨੂੰ ਪਹਿਲੇ ਉਹਨੇ ਮਿੱਠੇ ਬੋਲਾਂ ਦਾ ਚੋਗਾ ਪਾਇਆ ਫਿਰ ਉਹਨੇ ਸਾਨੂੰ ਕੁਝ ਖਵਾਣ ਪਿਆਣ ਵਾਸਤੇ ਅੱਗੇ ਰੱਖ ਲਿਆ ਤੇ ਸਾਨੂੰ ਲੱਗਾ ਕਿ ਇਹ ਤਾਂ ਪਿਆਰ ਹੀ ਬੜਾ ਵਧੀਆ ਬੋਲਚਾਲ ਹੈ ਇਹਦਾ ਪਰ ਉਹ ਜੋ ਉਹਦੀ ਬੋਲੀ ਸੀ ਹਾਂ ਹਰ ਕਿਸੇ ਦੀ ਅਸੀਂ ਰਿਸਪੈਕਟ ਕਰੀਏ ਵਧੀਆ ਗੱਲ ਹੈ ਪਰ ਕਿਸੇ ਨੂੰ ਜਾਲ ਬੋਲਾਂ ਦੇ ਜਾਲ ਵਿੱਚ ਫਸਾ ਕੇ ਉਸਨੂੰ ਲੁੱਟਣ ਦੀ ਕੋਸ਼ਿਸ਼ ਨਾ ਕਰੀਏ ਉਸਨੂੰ ਲੁੱਟਣ ਦੀ ਕੋਸ਼ਿਸ਼ ਨਾ ਕਰੀਏ ਜਿਹੜੀ ਚੀਜ਼ ਬਾਜ਼ਾਰ ਦੇ ਵਿੱਚੋਂ 500 ਰੁਪਏ ਦੀ ਸੀ ਤੇ ਬੰਦੇ ਨੂੰ ਉਹ ਅਸੀਂ 1000 ਰੁਪਏ ਦੀ ਵੇਚੀ ਤੇ ਬਾਅਦ ਵਿੱਚ ਪਤਾ ਲੱਗਾ ਕਿ ਦੂਸਰੀ ਦੁਕਾਨ ਦੇ ਵਿੱਚੋਂ ਜਾਂ ਕਿਸੇ ਹੋਰ ਮਾਰਕੀਟ ਦੇ ਵਿੱਚੋਂ ਉਹੀ ਡਿੱਟੋ ਚੀਜ਼ ਸਾਨੂੰ 500 ਰੁਪਏ ਦੀ ਮਿਲ ਰਹੀ ਹੈ ਫਿਰ ਅਸੀਂ ਕਹਿੰਦੇ ਯਾਰ ਉਹ ਬੰਦੇ ਨੇ ਸਾਡੇ ਨਾਲ ਧੋਖਾ ਕੀਤਾ ਧੋਖਾ ਹੋ ਗਿਆ ਸਾਡੇ ਨਾਲ ਧੋਖਾ ਨਹੀਂ ਉਹਨੇ ਤੈਨੂੰ ਬੋਲਾਂ ਦੇ ਵਿੱਚ ਫਸਾ ਕੇ ਤੈਨੂੰ ਲੁੱਟ ਲਿਆ ਸੋ ਪਹਿਲੀ ਗੱਲ ਯਾਦ ਰੱਖਣਾ ਕੋਈ ਮਿੱਠੇ ਬੋਲਾਂ ਦੇ ਨਾਲ ਸਾਨੂੰ ਕੋਈ ਇਹ ਨਾ ਸੋਚਣਾ ਕਿ ਸਾਨੂੰ ਕੋਈ ਪਿਆਰ ਕਰਦਾ ਹੈ ਜੇ ਪਿਆਰ ਦੀ ਅਸੀਂ ਅਹਿਮੀਅਤ ਜਾਣਨੀ ਹੈ ਪਤਾ ਕਰਨਾ ਹੈ ਕਿ ਪਿਆਰ ਕਹਿੰਦੇ ਕਿਹਨੂੰ ਨੇ ਪਿਆਰ ਹੁੰਦਾ ਹੈ ਸਾਨੂੰ
सही पहला भी मैं गल की सी कि प्यार हुंदा है जेड़ा सानू सही रस्ते वल तोरे, जेड़ा सानू सही गाइडेंस करे, जो साडियां गलतियां कढे, जो साडियां गलतियां नू सुधारे, सानू दसे कि हां हुण अजकल की हुंदा है। अजकल प्यार उस नू समझिया जांदा है जेड़ा साडी हां दे विच हां मिला दवे। कोई लड़की है, कोई लड़का है, कोई हस्बैंड है जां वाइफ है, किसी भी तरीके दा साडा रिलेशन साडा रिश्ता है, असी सोचते हैं कि ये बड़ी ये तो हमेशा ही मेरा बड़िया गल्लां मनता है, मेरी हां दे विच हां मिलाउंदा है, मैनू बड़ा प्यार करता है। देखो हुण दूजा बंदा नैगेटिव पक्ष जा रहा है, गलत रस्ते ते तुर गया है, इस पक्ष वाला बंदा फिर भी उहदी हां दे विच हां मिला रहा है, तो याद रखना वो तुहानू प्यार नहीं, वो जां तां तुहाडे दबाव करके कर रहा है, जां तुहाडे दबाव करके कर रहा है, तो जां वो तुहाडी चापलूसी कर रहा है, मिठा बनना चाहता है, वो तुहाडे को कोई मतलब कढ़ाउणा चाहता है। तो याद रखना जदों असी गलत रस्ते ते तुरीए सानू साडी गलती का एहसास करावे सच्चा प्यार। वो किवें एग्जाम्पल के तौर पर असी गल करते हाँ, जदों घर दे विच एक माँ ते पुत का रिश्ता हुंदा है, असी कहीए ना क्योंकि आम करके बहुत डे आउंदे ने, मदर डे, फादर डे, वैलेंटाइन डे, बहुत डे आउंदे ने, ते बंदा उही बच्चा जिहड़ा सारी साल अपने माता पिता का सत्कार नहीं करता, उही मदर डे फादर डे वाले दिन उच वड्डियां वड्डियां पोस्टां लिख के पाउंदा है कि मैं तो माँ नूं बहुत प्यार करता। उस दिन मैं कहना हुंदा कि जे एक दिन माँ दा है ते बाकी दिन कादे ने, एक दिन पिता दा ते बाकी दिन किस दे ने। इस करके हर दिन साडा माँ दा होवे, हर दिन साडे पिता दा होवे, हर दिन असीं टाइम अपनी फैमिली नाल टाइम स्पेंड कर पाईए, टाइम स्पेंड कर पाईए। असीं ते गल करिए कि जदों एक माँ अपने बच्चे नूं प्यार करती है ना, बच्चे नूं प्यार करती ते बच्चे नूं पुछिया जावे कि हाँ भी तू माँ नूं प्यार करता है, बच्चा कहिंदा मैं भी माँ नूं प्यार करता हाँ, माँ भी मैनूं बहुत प्यार करती है। उहनूं पुछिए कि माँ तैनूं किवें प्यार करती है, कहिंदा माँ मैनूं बहुत प्यार करती है, मैनूं रोटी पका के दिंदी है, मेरे कपड़े धोंदी है, मेरी हर गल मनदी है, मेरा कहना मनदी है, मां तो बड़ा कुछ करती है, जो मैं कहना ऑर्डर मारदा उस वक्त मां मेरी पची पची जाती है। ते कई तो बच्चे एहो जे हुंदे ने, बदतमीज भी हुंदे ने, मां प्यो नूं गालां तक भी कढ़ देने ने, पर मां प्यो फिर भी अपने बच्चे नूं प्यार करदे ने, फिर भी उह डांट लगाउंदे ने, पर बच्चे दा दिलों करदे ने। माड़ा जिहा पुत लड़के घर तों बाहर चले जावे ना, ते पुत नूं नहीं फिक्र मां किवें है, पर मां नूं फिक्र हुंदी है मेरा पुत लेट क्यों हो गया, कित्थे रह गया, आया क्यों नहीं अजे तक, मेरा बच्चा कित्थे रह गया, मेरा बच्चा आया क्यों नहीं। ते याद रखना उस वक्त मैं के मेरे वर्गा कवे कि मैं अपने मां नूं जां पिता नूं प्यार करता हाँ, मैं कोई ऑर्डर मारदा हाँ उस वेले मेरा पूरा हुंदा है, मैं कोई काम कहना उस वेले मेरा पूरा हुंदा है, रोटी मैनूं टाइम दे नाल बना के दे दिंदी है, सब कुछ करदी है मेरी मां। ते याद रखना उस वक्त वो मैं नहीं मां नूं प्यार कर रहा, मां मैनूं प्यार कर रही है, उत्थे मां मैनूं प्यार कर रही है, मैं मां नूं प्यार नहीं कर रहा। जे मैं मां नूं प्यार करदा होवां ना, ते मां असीं किसे काम ते जां बंदा कोई स्कूल दी लाइफ है, कॉलेज दी लाइफ है, किते वी गया होवे जां जॉब करदा होवे, देखना इस पक्ष नूं तुसीं पति पत्नी वल भी लैके जा सकदे हो, इस पक्ष नूं तुसीं मां बाप वल किसे भी रिलेशन वल लैके जा सकदे हो, भावें ओह कोई भी साडा रिश्ता होवे। प्यार दा अर्थ हुंदा है अपनी जिंदगी दे विचों किसे नूं लुटाना देना। गुरु ग्रंथ साहिब जी नूं जदों असीं समझदे हां ना, ते ओह सानूं सच्चा प्यार करना सिखाउंदे ने, ओह दिलों प्यार करना सिखाउंदे ने, दिलों मुहब्बत जिन सही सच्चिया, जिन मन होर मुख होर से कांडे कच्चिया, रत्ते इश्क खुदाई रंग दीदार के विसरिया, जिन नाम से पोए पारथी। गुरु ग्रंथ साहिब जी सानू प्यार करना सिखाउंदे ने, कहिंदे देख प्यार करना है ना, अपने माता पिता दे नाल प्यार करना ना, देख तू बाहरों आया जां किसे, ते मैं पहला भी गल कीती रिश्ता कोई भी होवे, बंदा बाहरों आया कम तों घर आया, हुण घर दा भावें उह तुहाडी पत्नी है, भावें तुहाडी मां है, जां कोई भी रिश्ता है,
ਉਹ ਵੀ ਸਾਰਾ ਘਰ ਦਾ ਕੰਮ ਕਰਕੇ ਸਾਰੀ ਦਿਹਾੜੀ, ਕਿਉਂਕਿ ਲੇਡੀਜ਼ ਨੂੰ ਵੀ ਬਹੁਤ ਕੰਮ ਹੁੰਦੇ ਨੇ ਘਰ ਦੇ ਵਿੱਚ, ਉਹ ਵੀ ਕੰਮ ਕਰਕੇ ਥੱਕੀ ਹੋਈ ਹੈ, ਲੇਟੀ ਹੋਈ ਹੈ। ਤੁਸੀਂ ਆਏ ਘਰ ਦੇ ਵਿੱਚ, ਉਹਨੇ ਆ ਕੇ ਪੁੱਛਿਆ ਕਿ ਲਿਆ। ਮਾਂ ਪੁੱਛਦੀ ਆਪਣੇ ਪੁੱਤ ਨੂੰ, ਪੁੱਤ ਮੈਂ ਤੇਰੇ ਵਾਸਤੇ ਲਿਆਵਾਂ, ਹੁਣੇ ਖਾਣਾ ਬਣਾਉਂਦੀ ਹਾਂ, ਖਾਣਾ ਲਗਾਉਂਦੀ ਹਾਂ, ਜਾਂ ਤੇਰੇ ਵਾਸਤੇ ਚਾਹ ਲੈ ਕੇ ਆਵਾਂ ਜਾਂ ਪਾਣੀ ਲੈ ਕੇ ਆਵਾਂ। ਉਸ ਵਕਤ ਪੁੱਤ ਕਵੇ, ਮਾਂ ਤੂੰ ਵੀ ਸਵੇਰ ਤੋਂ ਲੱਗੀ ਸੀ, ਥੱਕ ਕੇ ਹੁਣੇ ਹਜੇ ਰੈਸਟ ਕੀਤੀ ਹੈ, ਥੱਕ ਟੁੱਟ ਕੇ ਹਜੇ ਹੁਣੇ ਰੈਸਟ ਕਰਨ ਲੱਗੀ ਹੈ। ਮਾਂ ਤੂੰ ਬੈਠ, ਜਿੱਥੇ ਚਾਹ ਬਣਾਉਣੀ ਹੈ ਮੈਂ ਬਣਾ ਕੇ ਲਿਆਉਣਾ, ਇੱਕ ਕੱਪ ਤੂੰ ਬਹਿ ਕੇ ਪੀਵੀਂ, ਇੱਕ ਕੱਪ ਮੈਂ ਬਹਿ ਕੇ ਪੀਵਾਂਗਾ, ਫਿਰ ਤੈਨੂੰ ਪਤਾ ਲੱਗੇਗਾ ਕਿ ਆਪਣੀ ਜ਼ਿੰਦਗੀ ਦੇ ਵਿੱਚੋਂ ਕਿਸੇ ਨੂੰ ਕੁਝ ਦੇਣਾ। ਪਿਆਰ ਦਾ ਅਰਥ ਹੁੰਦਾ ਹੈ ਕਿਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਦੇਣਾ। ਤੇ ਯਾਦ ਰੱਖੀਏ ਕਿ ਜੋ ਦਿੰਦਾ ਹੈ ਨਾ ਉਹੀ ਸੱਚਾ ਪਿਆਰ ਕਰਦਾ ਹੈ। ਤੇ ਇਹ ਵੀ ਯਾਦ ਰੱਖਣਾ ਕਿ ਆਸ ਇਹ ਨਹੀਂ ਰੱਖਣੀ ਕਿ ਜਿਹਨੂੰ ਅਸੀਂ ਦੇ ਰਹੇ ਹਾਂ ਤਾਂ ਉਹ ਵਾਪਸ ਸਾਨੂੰ ਓਨਾ ਦੇਵੇਗਾ, ਵਾਪਸ ਸਾਨੂੰ ਓਨਾ ਹੀ ਦੇਵੇਗਾ। ਦੇਖੋ ਕੁਦਰਤ ਹੈ, ਇਸ ਧਰਤੀ ਦੇ ਵਿੱਚ ਇੱਕ ਬੀਜ ਬੋਜੇ ਬੀਜੀ ਦੇ ਆ, ਤੇ ਕੁਦਰਤ ਉਹ ਸਾਨੂੰ ਕਿੰਨੇ ਬੀਜ ਕਰਕੇ ਦਿੰਦੀ ਹੈ ਵਾਪਸ, ਕਿੰਨਾ ਪ੍ਰਫੁੱਲਿਤ ਕਰਕੇ ਦਿੰਦੀ ਹੈ, ਹੋਰ ਵਧਾ ਚੜਾ ਕੇ ਦਿੰਦੀ ਹੈ। ਤੇ ਉਹ ਕਰਦੀ ਹੈ ਸਾਨੂੰ ਸੱਚੀ, ਕੁਦਰਤ ਸਾਨੂੰ ਸੱਚਾ ਪਿਆਰ ਕਰਦੀ ਹੈ, ਉਹ ਲਾਅ ਆਫ ਨੇਚਰ ਸਾਨੂੰ ਸੱਚਾ ਪਿਆਰ ਕਰਦਾ ਹੈ। ਨਿੱਤ ਦਿਹਾੜੇ ਅਸੀਂ ਕਈ ਚੀਜ਼ਾਂ ਕੁਦਰਤ ਦੀ ਤਰਫ ਤੋਂ ਯੂਜ਼ ਕਰਦੇ ਹਾਂ, ਪਰ ਕਦੀ ਉਹਨੇ ਹਿਸਾਬ ਮੰਗਿਆ? ਆ ਸਾਹ ਚੱਲਦੇ ਨੇ ਸਾਡੇ, ਅਸੀਂ ਸਾਹ ਲੈਂਦੇ ਹਾਂ, ਸਾਡੇ ਜੀਵਨ ਦੇ ਵਿੱਚ ਕੋਈ, ਰੱਬ ਨਾ ਕਰੇ ਜੀਵਨ ਦੇ ਵਿੱਚ ਕੋਈ ਅੜਚਣ ਆ ਜਾਵੇ, ਸਾਡਾ ਸਰੀਰ ਦੀ ਪ੍ਰੋਬਲਮਸ ਆ ਜਾਵੇ, ਅਸੀਂ ਹੋਸਪਿਟਲ ਬਹਿ ਜਾਈਏ ਤੇ ਡਾਕਟਰ ਆਕਸੀਜਨ ਦੇਣ ਲੱਗਿਆ ਪੈਸੇ ਬਹੁਤ ਮੰਗਦਾ ਹੈ, ਕਹਿੰਦਾ ਇਹਨੂੰ ਆਕਸੀਜਨ ਦੀ ਲੋੜ ਹੈ, ਇਹਨੂੰ ਆਕਸੀਜਨ ਦੇਣੀ ਪਵੇਗੀ ਤੇ ਇੰਨੇ ਪੈਸੇ ਪਰ ਡੇ ਲੱਗਣਗੇ। ਪਰ ਯਾਦ ਰੱਖੋ ਜਿਹੜੀ ਕੁਦਰਤ ਸਾਨੂੰ ਨਿੱਤ ਦਿਹਾੜੇ ਆਕਸੀਜਨ ਦੇ ਰਹੀ ਹੈ, ਕਦੀ ਪੈਸੇ ਮੰਗਿਆ ਉਸਨੇ? ਉਹ ਕਰਦੀ ਹੈ ਸਾਨੂੰ ਸੱਚਾ ਪਿਆਰ। ਤੇ ਜ਼ਿੰਦਗੀ ਦੇ ਵਿੱਚ ਜੇ ਅਸੀਂ ਕਿਸੇ ਨੂੰ ਸੱਚਾ ਪਿਆਰ ਕਰਨਾ ਚਾਹੁੰਦੇ ਹਾਂ ਤਾਂ ਯਾਦ ਰੱਖਣਾ ਅਸੀਂ ਆਪਣੇ ਜੀਵਨ ਦੇ ਵਿੱਚੋਂ ਕਿਸੇ ਨੂੰ ਕੁਝ ਦਈਏ। ਆਪਣੇ ਮਾਤਾ ਪਿਤਾ ਲਈ ਇਹ ਨਾ ਸੋਚੀਏ ਕਿ ਉਹ ਮੇਰੇ ਲਈ ਕੀ ਕਰਦਾ ਹੈ, ਜੇ ਤੂੰ ਪਿਆਰ ਕਰਦਾ ਹੈ ਨਾ। ਪਤਨੀ ਕਵੇ ਮੈਂ ਆਪਣੇ ਪਤੀ ਲਈ ਕੀ ਕਰ ਸਕਦੀ ਹਾਂ, ਪਤੀ ਕਵੇ ਮੈਂ ਆਪਣੇ ਪਤੀ ਲਈ ਕੀ ਕਰ ਸਕਦਾ ਹਾਂ, ਪਤੀ ਕਵੇ ਮੈਂ ਆਪਣੀ ਪਤਨੀ ਲਈ ਕੀ ਕਰ ਸਕਦੀ ਹਾਂ, ਬੱਚਾ ਕਵੇ ਮੈਂ ਮਾਤਾ ਪਿਤਾ ਲਈ ਕੀ ਕਰ ਸਕਦਾ ਹਾਂ, ਮਾਤਾ ਪਿਤਾ ਕਹਿਣ ਅਸੀਂ ਆਪਣੇ ਬੱਚਿਆਂ ਲਈ ਕੀ ਕਰ ਸਕਦੇ ਹਾਂ। ਤੇ ਆਪਣੀ ਜ਼ਿੰਦਗੀ ਦੇ ਵਿੱਚੋਂ ਲੁਟਾਉਣਾ, ਚੌ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਣ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੇ। ਆਪਣੇ ਆਪ ਨੂੰ ਸਮਰਪਿਤ ਕਰਨਾ, ਆਪਣੇ ਆਪ ਨੂੰ ਮੁਕਾ ਦੇਣਾ, ਭਾਵ ਕਿ ਆਪਣੀ ਜ਼ਿੰਦਗੀ ਦੇ ਵਿੱਚੋਂ ਜੋ ਤੇਰੇ ਜ਼ਿੰਦਗੀ ਦੇ ਵਿੱਚ ਹੈ ਕੁਝ ਉਹਦੀ ਜ਼ਿੰਦਗੀ ਦੇ ਵਿੱਚ ਦੇ, ਉਹਦੀ ਜ਼ਿੰਦਗੀ ਨੂੰ ਨਿਖਾਰ ਦੇ, ਕੁਆਲਿਟੀ ਭਰ ਦੇ। ਤੇ ਜੋ ਸਾਡੀਆਂ ਗਲਤੀਆਂ ਨੂੰ ਕੱਢਦਾ ਹੈ ਉਹ ਸਾਨੂੰ ਸੱਚਾ ਪਿਆਰ ਕਰਦਾ, ਸਾਨੂੰ ਰਿਐਲਿਟੀ ਕਰਦਾ ਹੈ, ਸਾਨੂੰ ਸੱਚਾ ਪਿਆਰ ਕਰਦਾ ਹੈ। ਤੇ ਇਸ ਕਰਕੇ ਹਰ ਬੰਦਾ ਪਹਿਲਾ ਪਿਆਰ ਜੇ ਸੱਚਾ ਪਹਿਚਾਨਣਾ ਹੈ ਨਾ ਤੇ ਸਾਡਾ ਮਾਂ ਪਿਓ ਸਾਡਾ ਸੱਚਾ ਪਿਆਰ ਕਰਦਾ ਹੈ। ਬੱਚੇ ਨੂੰ ਰੋਜ਼ ਕਹਿੰਦਾ ਹੈ ਤੂੰ ਕੰਮ ਕਰਿਆ ਕਰ, ਤੂੰ ਟਾਈਮ ਦੇ ਨਾਲ ਉੱਠਿਆ ਕਰ, ਤੂੰ ਟਾਈਮ ਦੇ ਨਾਲ ਪੜ੍ਹਿਆ ਕਰ, ਤੂੰ ਟਾਈਮ ਦੇ ਨਾਲ ਕਲਾਸ ਜਾਇਆ ਕਰ, ਟਿਊਸ਼ਨ ਜਾਇਆ ਕਰ। ਹਰ ਦਾ ਪਿਤਾ ਆਪਣੇ ਬੱਚੇ ਨੂੰ ਗਾਈਡੈਂਸ ਕਰਦੇ ਨੇ, ਇਹ ਨਹੀਂ ਕਿ ਉਹ ਤੇਰੇ ਨਾਲ ਧੱਕਾ ਕਰਦੇ ਨੇ, ਧੱਕਾ ਨਹੀਂ ਕਰਦੇ, ਉਹ ਤੇਰੇ ਨਾਲ ਸੱਚਾ ਪਿਆਰ ਕਰਦੇ ਨੇ। ਤੇ ਪਹਿਲਾ ਜੇ ਸੱਚਾ ਪਿਆਰ ਪਹਿਚਾਨਣਾ ਹੈ ਤਾਂ ਉਹ ਸਾਡਾ ਪਹਿਲਾ ਸੱਚਾ ਪਿਆਰ ਸਾਡੇ ਮਾਂ ਪਿਓ, ਸਾਡੇ ਮਾਤਾ ਪਿਤਾ, ਜਿਹੜੇ ਸਾਨੂੰ ਸਹੀ ਰਸਤੇ ਤੇ ਤੋਰਨ। ਤੇ ਹੁੰਦਾ ਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ, ਕੀ ਗੱਲ ਹੁੰਦੀ ਹੈ, ਬੰਦਾ ਗਲਤ ਰਸਤੇ ਤੇ ਤੁਰ ਰਿਹਾ ਹੈ, ਗਲਤ ਖਾ ਰਿਹਾ ਹੈ, ਗਲਤ ਯੂਜ਼ ਕਰ ਰਿਹਾ, ਦੂਜੇ ਬੰਦੇ ਦੇ ਸਾਹਮਣੇ ਕਰ ਰਿਹਾ ਹੈ, ਉਹ ਦਿਨੋਂ ਦਿਨ ਮੋਟਾਪਾ ਉਸ ਦਾ ਵੱਧ ਰਿਹਾ ਹੈ। ਤੇ ਬੰਦਾ ਦੂਜੇ ਵੱਲ ਦੇਖ ਕੇ ਕੋਈ ਗੱਲ ਨਹੀਂ, ਤੇਰਾ ਮਾੜਾ ਜਿਹਾ ਪੇਟ ਵੱਧ ਗਿਆ ਤੇ ਕੀ ਹੋਇਆ, ਉਹ ਗਾਈਡੈਂਸ ਨਹੀਂ ਕਰ ਰਿਹਾ, ਉਹ ਗਾਈਡੈਂਸ ਨਹੀਂ ਕਰ ਰਿਹਾ, ਉਹ ਜਿਵੇਂ ਦਾ ਵੀ ਹੈ ਤੇਰੀ ਸਿਹਤ ਵਿਗੜ ਰਹੀ ਹੈ ਤੇ ਉਹ ਸਿਹਤ ਵਿਗੜਨ ਦੇ। ਜੋ ਸਾਈਕੀ ਪੜ੍ਹਨ ਵਾਲੇ ਨੇ ਉਹ ਇੱਥੋਂ ਤੱਕ ਗੱਲ ਕਰਦੇ ਨੇ ਕਿ ਜਦੋਂ ਤੁਹਾਡਾ ਬੱਚਾ ਬਿਮਾਰ ਹੋਵੇ ਨਾ ਉਦੋਂ ਤੁਸੀਂ ਉਹਦੇ ਵੱਲ ਧਿਆਨ ਨਾ ਦਿਓ, ਤੇ ਜਦੋਂ ਤੁਹਾਡਾ ਬੱਚਾ ਤੰਦਰੁਸਤ ਹੋਵੇ ਤੁਸੀਂ ਉਹਦੇ ਵੱਲ ਖਾਸ ਧਿਆਨ ਦਿਓ। ਹੁਣ ਉਲਟ ਹੋ ਜਾਂਦਾ ਇਹ ਗੱਲ ਤੇ, ਬੰਦਾ ਕਹਿੰਦਾ ਯਾਰ ਜਦੋਂ ਬੰਦਾ ਬੱਚਾ ਸਹੀ ਹੈ ਉਹਦੇ ਵੱਲ ਧਿਆਨ ਦਿਓ, ਨਹੀਂ ਸਹੀ ਬਿਮਾਰ ਹੈ ਤੇ ਉਹਦੇ ਵੱਲ ਨਾ ਧਿਆਨ ਦਿਓ, ਇਹਦਾ ਕੀ ਮਤਲਬ ਹੋਇਆ, ਇਹ ਤਾਂ ਉਲਟ ਹੋ ਗਿਆ। ਅਸਲ ਦੇ ਵਿੱਚ ਜਦੋਂ ਬੱਚਾ ਬਿਮਾਰ ਪੈਂਦਾ ਹੈ ਨਾ ਸਾਰੀ ਫੈਮਿਲੀ ਉਸਦਾ ਹਾਲ ਚਾਲ ਪੁੱਛਣ ਆਉਂਦੀ, ਉਹਦੇ ਵਾਸਤੇ ਨਿੱਤ ਤੋਂ ਨਿੱਤ ਨਵੀਂ ਤੋਂ ਨਵੀਂ ਡਿਸ਼ ਨਵੀਂ ਤੋਂ ਖਾਣਾ ਉਹਨੂੰ ਪੁੱਛਿਆ ਜਾਂਦਾ, ਬੱਚੇ ਤੇਰੇ ਵਾਸਤੇ ਕੀ ਬਣਾਈਏ, ਕੀ ਖਾਏਗਾ ਮੇਰਾ ਪੁੱਤ, ਕੀ ਚਾਹੀਦਾ ਹੈ ਤੈਨੂੰ।
ਤੇ ਬੱਚਾ ਕਹੇਗਾ ਕਿ ਜਦੋਂ ਮੈਂ ਬਿਮਾਰ ਹੁੰਦਾ ਨਾ ਉਦੋਂ ਹੀ ਹਰ ਪਰਸਨ ਮੇਰੇ ਕਲੋਜ਼ ਆਉਂਦਾ ਹੈ, ਉਦੋਂ ਹੀ ਹਰ ਮੈਨੂੰ ਮੇਰੀ ਕੇਅਰ ਕੀਤੀ ਜਾਂਦੀ ਹੈ, ਉਦੋਂ ਹੀ ਮੈਨੂੰ ਖਾਣ ਪੀਣ ਵਾਸਤੇ ਪੁੱਛਿਆ ਜਾਂਦਾ ਹੈ। ਜਿਸ ਦਿਨ ਉਹਨੇ ਤੁਹਾਡੀ ਆਪਣੇ ਵੱਲ ਖਿੱਚ ਬਣਾਉਣੀ ਹੈ ਉਸ ਦਿਨ ਉਹ ਤੁਹਾਨੂੰ ਉਹ ਬਿਮਾਰ ਹੋ ਜਾਵੇਗਾ। ਉਸ ਦਿਨ ਕਹੇਗਾ ਕਿ ਮੈਂ ਬਿਮਾਰ ਹੋ ਜਾਂਦਾ, ਮੇਰੀ ਖਿੱਚ ਇਹਨਾਂ ਲੋਕ ਤੇ ਯਾਦ ਰੱਖਣਾ ਬਿਮਾਰ ਹੋ ਕੇ ਖਿੱਚ ਬਣਾਈ ਤੇ ਕੀ ਬਣਾਈ। ਖਿੱਚ ਬਣਾਈਏ ਤੰਦਰੁਸਤੀ ਕਰ, ਖਿੱਚ ਬਣਾਈਏ ਕੁਆਲਿਟੀ ਕਰਕੇ, ਗੁਣਾ ਕਰਕੇ ਖਿੱਚ ਬਣਾਈਏ ਆਪਣੇ ਜ਼ਿੰਦਗੀ ਦੇ ਵਿੱਚ, ਗੁਣਾ ਕਰਕੇ ਖਿੱਚ ਬਣਾਈਏ ਕਿਸੇ ਪ੍ਰਤੀ ਕਿ ਖਿੱਚ ਬਣੀ ਹੈ ਮੇਰੇ ਗੁਣਾ ਕਰਕੇ ਬਣੀ ਹੈ, ਮੇਰੀ ਖਿੱਚ ਬਣੀ ਹੈ ਮੇਰੇ ਅੰਦਰ ਕੁਆਲਿਟੀ ਹੈ, ਗੁਣ ਹੈ ਉਹ ਖਿੱਚ ਪੈਂਦੀ ਹੈ ਕਿ ਹਾਂ ਵੀ ਇਸ ਬੰਦੇ ਤੋਂ ਬਿਨਾਂ ਮੇਰਾ ਸਰਦਾ ਨਹੀਂ, ਇਹਦੇ ਅੰਦਰ ਕੋਈ ਖਾਸ ਕੁਆਲਿਟੀ ਹੈ, ਇਹਦੇ ਅੰਦਰ ਕੋਈ ਖਾਸ ਚੀਜ਼ ਹੈ ਜਿਹੜਾ ਇਹਦੇ ਤੋਂ ਬਿਨਾਂ ਸਰਦਾ ਨਹੀਂ ਹੈ, ਇਹਦੇ ਅੰਦਰ ਖਾਸ ਕੁਆਲਿਟੀ ਹੈ। ਤੇ ਖਿੱਚ ਆਪਣੀ ਜ਼ਿੰਦਗੀ ਦੇ ਵਿੱਚ ਬਣਾਈਏ ਤਾਂ ਪਿਆਰ ਬਣਾਈਏ ਕਿਸੇ ਦੇ ਪ੍ਰਤੀ ਆਪਣੇ ਵੱਲ, ਤੇ ਕੁਆਲਿਟੀਆਂ ਕਰਕੇ ਪਿਆਰ ਬਣਾਈਏ, ਜ਼ਿੰਦਗੀ ਦੇ ਵਿੱਚ ਗੁਣ ਪੈਦਾ ਕਰੀਏ। ਪੈਸੇ ਦੇ ਨਾਲ ਪਿਆਰ ਨਹੀਂ ਹੁੰਦਾ, ਪੈਸੇ ਦੇ ਨਾਲ ਸਾਡਾ ਉਹ ਧਨ ਪਦਾਰਥਾਂ ਦੇ ਨਾਲ ਹੁੰਦਾ, ਪਿਆਰ ਤਾਂ ਉਹ ਹੈ ਜਿਹੜਾ ਹਰ ਕੰਡੀਸ਼ਨ ਦੇ ਵਿੱਚ ਤੇਰੇ ਨਾਲ ਖੜੇ, ਹਰ ਕੰਡੀਸ਼ਨ ਦੇ ਵਿੱਚ ਤੈਨੂੰ ਸਹੀ ਰਸਤੇ ਵੱਲ ਤੋਏ, ਹਰ ਕੰਡੀਸ਼ਨ ਦੇ ਵਿੱਚ ਤੇਰੇ ਨਾਲ ਰਹੇ। ਕਈ ਲੋਕ ਕਹਿੰਦੇ ਨੇ ਈਸਾਈ ਧਰਮ ਵਾਲੇ ਬਹੁਤ ਪ੍ਰਚਾਰ ਕਰਦੇ ਨੇ, ਬੜਾ ਪ੍ਰਚਾਰ ਕਰਦੇ ਨੇ, ਉਹ ਨਵੇਂ ਤੋਂ ਹਰ ਕਿਸੇ ਦੀ ਹੈਲਪ ਕਰਦੇ ਨੇ, ਪੈਸੇ ਤੌਰ ਤੋਂ ਘਰ ਤੌਰ 'ਤੇ ਬੜਾ ਉਹ ਹੈਲਪ ਕਰਦੇ ਨੇ। ਪਰ ਯਾਦ ਰੱਖਣਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਅੱਜ ਜੇ ਤੁਹਾਨੂੰ ਈਸਾਈ ਧਰਮ ਕੋਈ ਲੱਖ ਰੁਪਇਆ ਦਿੰਦਾ ਹੈ, ਇੱਕ ਬੰਦਾ ਉਹ ਆਪਣਾ ਧਰਮ ਛੱਡ ਕੇ ਉਸ ਈਸਾਈ ਧਰਮ ਵੱਲ ਜਾਂਦਾ ਹੈ, ਕੱਲ੍ਹ ਉਸੇ ਬੰਦੇ ਨੂੰ ਕੋਈ 2 ਲੱਖ ਰੁਪਇਆ ਦੇਵੇਗਾ ਉਹ ਤਾਂ ਉਹ ਦੂਜਾ ਚੇਂਜ ਹੋ ਜਾਵੇਗਾ, ਫਿਰ ਤਾਂ ਧਰਮ ਹੀ ਚੇਂਜ ਕਰਦਾ ਰਹੇਗਾ। ਉਹ ਕਿਸੇ ਨੇ 1 ਲੱਖ ਦਿੱਤਾ ਉਹਦੇ ਵੱਲ ਹੋ ਗਿਆ, 2 ਲੱਖ ਦਿੱਤਾ ਉਹਦੇ ਵੱਲ ਹੋ ਗਿਆ, 3 ਲੱਖ ਦਿੱਤਾ ਉਹਦੇ ਵੱਲ ਹੋ ਗਿਆ। ਪਰ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਸਿੰਘ ਸਨ ਨਾ, ਉਹ ਬਿਨਾਂ ਤਨਖਾਹ ਤੋਂ ਨਾਲ ਸੀ, ਉਹ ਸੱਚਾ ਪਿਆਰ ਕਰਦੇ ਸਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ, ਉਹ ਸੱਚਾ ਲਵ ਕਰਦੇ ਸਨ, ਉਹ ਸੱਚਾ ਪਿਆਰ ਕਰਦੇ ਸਨ, ਉਹ ਬਿਨਾਂ ਤਨਖਾਹ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿੰਦੇ। ਗੱਲਾ ਆਇਆ ਸੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਕੋਲ, ਕਹਿੰਦਾ ਸੱਚੇ ਪਾਤਸ਼ਾਹ ਜੇ ਮੇਰੇ ਸਿਪਾਹੀ ਤੁਹਾਡੇ ਨਾਲ ਹੁੰਦੇ ਤਾਂ ਹੋ ਸਕਦਾ ਤੁਸੀਂ ਜਿੱਤ ਜਾਂਦੇ, ਤੁਸੀਂ ਜੰਗ ਜਿੱਤ ਜਾਣਾ ਸੀ। ਤੇ ਡੱਲਾ ਇਹਨੂੰ ਕਹਿਣ ਲੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਕੋਈ ਗੱਲ ਨਹੀਂ ਡੱਲਿਆ, ਸਮਾਂ ਆਏਗਾ, ਕੋਈ ਗੱਲ ਨਹੀਂ, ਪਰਖ ਲਵਾਂਗੇ। ਇੱਕ ਵਾਰ ਕੋਈ ਬੰਦੂਕ ਪੇਟਾ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਆਇਆ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿਣ ਲੱਗੇ, ਉੱਥੇ ਡੱਲਾ ਵੀ ਸੀ, ਡੱਲੇ ਨੂੰ ਕਹਿਣ ਲੱਗੇ, ਡੱਲਿਆ ਤੂੰ ਇੱਕ ਦਿਨ ਕਹਿੰਦਾ ਸੀ ਕਿ ਮੇਰੇ ਸਿੰਘ ਹਮੇਸ਼ਾ ਨਾਲ ਰਹਿਣਗੇ, ਮੈਂ ਉਹਨਾਂ ਨੂੰ ਚੰਗੀਆਂ ਤਨਖਾਹਾਂ ਦਿੰਦਾ, ਚੰਗੀਆਂ ਖੁਰਾਕਾਂ ਦਿੰਦਾ, ਤੇ ਅੱਜ ਪਰਖ ਕਰਨੀ ਹੈ ਤੇਰੇ ਸਿੰਘਾਂ ਦੀ, ਤੂੰ ਆਪਣੇ ਕਿਸੇ 2 ਸਿੰਘਾਂ ਨੂੰ ਬੁਲਾ ਕੇ ਲੈ ਕੇ ਆ। ਸਤਿਗੁਰੂ ਜੀ ਨੂੰ ਕਹਿਣ ਲੱਗਾ ਕੀ ਪਰਖ ਕਰਨੀ ਹੈ, ਕਹਿੰਦੇ ਪਰਖ ਕਰਨੀ ਹੈ ਮੈਂ ਗੋਲੀ ਦਾ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। ਤੇ ਡੱਲਾ ਕਹਿਣ ਲੱਗਾ, ਜਦੋਂ ਆਪਣੇ ਸਿਪਾਹੀਆਂ ਨੂੰ ਜਾ ਕੇ ਗੱਲ ਕੀਤੀ ਤੇ ਡੱਲੇ ਦੇ ਸਿਪਾਹੀ ਕਹਿਣ ਲੱਗੇ ਕਿ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਲੜ ਲਵਾਂ, ਅਸੀਂ ਫਜ਼ੂਲੀ ਆਪਣੀ ਜਾਨ ਕਿਉਂ ਗਵਾਈਏ। ਤੇ ਜਦੋਂ ਡੱਲੇ ਨੇ ਆਪਣੇ ਸਿਪਾਹੀਆਂ ਨੂੰ ਪੁੱਛਿਆ, ਕੋਈ ਸਿਪਾਹੀ ਮੰਨਿਆ ਨਹੀਂ, ਫਿਰ ਗੁਰੂ ਨਿਰਾਸ਼ ਜਿਹਾ ਹੋ ਕੇ ਦਰਬਾਰ ਦੇ ਵਿੱਚ ਆਇਆ, ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰਾ ਤਾਂ ਕੋਈ ਸਿਪਾਹੀ ਨਹੀਂ ਹਾਜ਼ਰ ਹੋਇਆ। ਉਹ ਕਹਿਣ ਲੱਗੇ ਇਸ ਤਰੀਕੇ ਦੇ ਨਾਲ ਨਹੀਂ ਅਸੀਂ ਮਰਨਾ ਚਾਹੁੰਦੇ, ਅਸੀਂ ਜਾਨ ਨਹੀਂ ਗਵਾਉਣਾ ਚਾਹੁੰਦੇ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ, ਤੂੰ ਚੱਲ ਲੰਗਰ ਹਾਲ ਦੇ ਵਿੱਚ ਕਿਸੇ ਵੀ ਸਿੱਖ ਨੂੰ ਕਹਿ ਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ, ਤੇ ਕਿਸੇ ਨੂੰ ਵੀ ਬੁਲਾ ਕੇ ਲੈ ਕੇ ਆ। ਡੱਲਾ ਜਾਂਦਾ ਹੈ, ਹਜੇ ਸੁਨੇਹਾ ਹੀ ਲਾਉਂਦਾ ਹੈ, ਇੱਕ ਸਿੰਘ ਦਸਤਾਰ ਬਣਦਾ ਹੁੰਦਾ ਹੈ, ਦਸਤਾਰ ਉਸੇ ਤਰ੍ਹਾਂ ਹੀ ਵਲੇਟ ਕੇ ਭੱਜਾ ਭੱਜਾ ਆਉਂਦਾ, ਇੱਕ ਲੰਗਰ ਹਾਲ ਦੇ ਵਿੱਚ ਕੰਮ ਕਰਦਾ ਹੁੰਦਾ, ਉਸੇ ਤਰੀਕੇ ਦੇ ਨਾਲ ਭੱਜਾ ਭੱਜਾ ਹੋਇਆ ਆਉਂਦਾ ਹੈ। ਦੋਵੇਂ ਸਿੰਘ ਭੱਜੇ ਭੱਜੇ ਆਉਂਦੇ ਨੇ, ਪਹਿਲੇ ਸਤਿਗੁਰੂ ਜੀ ਨੂੰ ਕਹਿੰਦੇ ਨੇ ਮੇਰੇ 'ਤੇ ਨਿਸ਼ਾਨਾ ਲਾਓ, ਦੂਜਾ ਸਿੰਘ ਕਹਿੰਦਾ ਮੇਰੇ 'ਤੇ ਨਿਸ਼ਾਨਾ ਲਗਾਓ, ਤੇ ਸਤਿਗੁਰੂ ਜੀ ਨਿਸ਼ਾਨਾ ਤਾਂ ਸਾਹਮਣੇ ਰੱਖਦੇ ਨੇ, ਨਿਸ਼ਾਨਾ ਉੱਪਰ ਨੂੰ ਨਿਸ਼ਾਨਾ ਲਗਾ ਦਿੰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਡੱਲਿਆ ਆ ਸਿੱਖ ਨੇ ਜਿਹੜੇ ਮੇਰੇ ਨਾਲ ਅਨੰਦਪੁਰ ਦੇ ਕਿਲ੍ਹੇ ਦੇ ਵਿੱਚ ਵੀ ਸੀ, ਆ ਸਿੱਖ ਨੇ ਜਿਹੜੇ ਮੇਰੇ ਮਨ ਨਾਲ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਵੀ ਸੀ। ਤੇ ਸੱਚਾ ਪਿਆਰ ਹੀ ਉਹ ਹੁੰਦਾ ਹੈ ਜਿਹੜਾ ਤੁਹਾਡੇ ਨਾਲ ਮਹਿਲਾਂ ਤੱਕ ਵੀ ਹੋਵੇ, ਤੇ ਜਿਹੜਾ ਤੁਹਾਡੇ ਨਾਲ ਤੁਸੀਂ ਸੜਕਾਂ 'ਤੇ ਵੀ ਆ ਜਾਓ, ਕੰਢਿਆਂ ਦੀਆਂ ਸੇਜਾਂ 'ਤੇ ਵੀ ਆ ਜਾਓ, ਤੇ ਫਿਰ ਵੀ ਤੁਹਾਡੇ ਨਾਲ ਖੜੇ। ਸੋ ਜ਼ਿੰਦਗੀ ਦੇ ਵਿੱਚ ਯਾਦ ਰੱਖਿਓ, ਜਿਹੜਾ ਸਾਨੂੰ ਸੱਚਾ ਪਿਆਰ ਕਰਦਾ ਹੋਵੇ ਉਹ ਸਾਡੀਆਂ ਕਮੀਆਂ ਕੱਢਦਾ ਹੈ, ਉਹ ਸਾਨੂੰ ਗਾਈਡਨੈਂਸ ਕਰਦਾ ਹੈ, ਉਹ ਸਾਨੂੰ ਸਹੀ ਰਸਤੇ ਦੇ ਵੱਲ ਤੋਰਦਾ ਹੈ। ਉਹ ਕਹਿੰਦਾ ਹੈ ਭਲਿਆ ਤੂੰ ਗਲਤ ਰਸਤੇ 'ਤੇ ਜਾ ਰਿਹਾ, ਐਂ ਕਰ, ਤੂੰ ਗਲਤ ਖਾਂਦਾ ਹੈ ਇਹ ਸਹੀ ਕਰ। ਸਭ ਤੋਂ ਪਹਿਲਾਂ ਸੱਚਾ ਪਿਆਰ ਸਾਡੇ ਮਾਂ ਪਿਓ ਦੇ ਨਾਲ ਸਾਡਾ ਹੋਵੇ, ਤੇ ਆਪਣੀ ਲਾਈਫ ਦੇ ਵਿੱਚ ਆਪਣੀ ਸਿਹਤ ਦੇ ਨਾਲ ਪਹਿਲੇ ਨੰਬਰ 'ਤੇ ਪਿਆਰ ਕਰੀਏ, ਆਪਣੀ ਫੈਮਿਲੀ ਦੇ ਨਾਲ ਪਿਆਰ ਕਰੀਏ, ਸਿਹਤ ਨਾਲ ਪਿਆਰ ਕਰੀਏ। ਇਸ ਕੁਦਰਤ ਨੇ ਇੱਕ ਵਾਰੀ ਜਿਹੜੀ ਸਾਨੂੰ ਸਾਡਾ ਸਰੀਰ ਦਿੱਤਾ ਹੈ,
ਇਹਦੇ ਵਿੱਚੋਂ ਇੱਕ ਪਾਰਟਸ ਵੀ ਖਰਾਬ ਹੋ ਗਿਆ ਉਹ ਬਾਹਰ ਦੁਬਾਰਾ ਨਹੀਂ ਮਿਲੇਗਾ। ਪਹਿਲੇ ਨੰਬਰ 'ਤੇ ਅਸੀਂ ਆਪਣੀ ਸਿਹਤ ਦੇ ਨਾਲ ਪਿਆਰ ਕਰੀਏ, ਫੈਮਿਲੀ ਦੇ ਨਾਲ ਪਿਆਰ ਕਰੀਏ, ਅਤੇ ਜ਼ਿੰਦਗੀ ਵਿੱਚ ਤੁਸੀਂ ਕਿਸੇ ਦੇ ਨਾਲ ਪਿਆਰ ਕਰੋ ਤਾਂ ਅਗਲੇ ਨੂੰ ਆਪਣੀ ਰਿਐਲਿਟੀ ਦੱਸੋ, ਸਾਹਮਣੇ ਫੇਸ ਟੂ ਫੇਸ ਆਪਣੇ ਜੋ ਹੋ ਸਾਹਮਣੇ ਦੱਸੋ ਕਿ ਮੈਂ ਇਵੇਂ ਦਾ ਹਾਂ, ਰਿਐਲਿਟੀ ਹੈ ਮੇਰੀ। ਤਾਂ ਰਿਐਲਿਟੀ ਦੇ ਨਾਲ ਪਿਆਰ ਕਰੀਏ ਅਤੇ ਜ਼ਿੰਦਗੀ ਦੇ ਵਿੱਚ ਪਹਿਚਾਨੀਏ ਜਿਹੜਾ ਸਾਡੀਆਂ ਗਲਤੀਆਂ ਨੂੰ ਦੂਰ ਕਰੇ। ਇਹ ਨਾ ਕਹੀਏ ਕਿ ਇਹ ਤਾਂ ਮੈਨੂੰ ਗੱਲ ਗੱਲ 'ਤੇ ਟੋਕਦਾ ਰਹਿੰਦਾ ਹੈ, ਉਹ ਟੋਕਦਾ ਨਹੀਂ ਹੈ, ਉਹ ਤੈਨੂੰ ਸੱਚਾ ਪਿਆਰ ਕਰਦਾ, ਤੈਨੂੰ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਅੜਚਨ ਨਹੀਂ ਆਉਣ ਦੇਣਾ ਚਾਹੁੰਦਾ, ਉਹ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮਸ ਨਹੀਂ ਆਉਣ ਦੇਣਾ ਚਾਹੁੰਦਾ, ਉਹ ਤੈਨੂੰ ਤਾਂ ਸਹੀ ਗਾਈਡਨੈਂਸ ਕਰਦਾ ਹੈ। ਅਤੇ ਇਹੋ ਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਗੁਰਬਾਣੀ ਸਾਨੂੰ ਇਹੋ ਹੀ ਪ੍ਰੇਮ ਕਰਨਾ ਸਿਖਾਉਂਦੀ ਹੈ ਜਿਹੜਾ ਜ਼ਿੰਦਗੀ ਦੇ ਵਿੱਚ ਅਸੀਂ ਵੀ ਕਰੀਏ ਅਤੇ ਦੂਜਿਆਂ ਤੋਂ ਵੀ ਅਸੀਂ ਕਰਦੇ ਹਾਂ, ਅਤੇ ਉਮੀਦ ਇਹ ਵੀ ਨਾ ਰੱਖੀਏ ਕਿ ਦੂਜਾ ਵੀ ਸਾਨੂੰ ਕਰੇ। ਤੁਸੀਂ ਆਪਣੇ ਵੱਲੋਂ ਆਪਣਾ ਜ਼ੋਰ ਲਗਾਓ, ਦੂਜੇ ਦੀ ਪਰਵਾਹ ਨਾ ਕਰੋ ਕਿ ਉਹ ਸਾਨੂੰ ਕਰੇ, ਤੁਹਾਡੇ ਵੱਲੋਂ ਵੇਖ ਕੇ ਹੋ ਸਕਦਾ ਦੂਜਾ ਵੀ ਸਿੱਖ ਜਾਵੇ। ਕਿਉਂਕਿ ਜ਼ਿੰਦਗੀ ਦੇ ਵਿੱਚ ਸੁਪਨੇ ਅਸੀਂ ਲੈਂਦੇ ਹਾਂ ਕਿ ਸਾਨੂੰ ਸਾਡਾ ਸੁਪਨਾ ਇਹ ਹੈ, ਸਾਡਾ ਸੁਪਨਾ ਇਹ ਹੈ, ਅਤੇ ਸੁਪਨੇ ਦਾ ਆਖਿਰ ਦੇ ਵਿੱਚ ਅਰਥ ਇਹ ਹੁੰਦਾ ਹੈ ਕਿ ਟੁੱਟਣਾ। ਤਾਂ ਕਿਸੇ ਬੜੀ ਵਧੀਆ ਗੱਲ ਹੈ, ਕਹਿੰਦੇ ਸੁਪਨੇ ਉਹ ਨਹੀਂ ਹੁੰਦੇ ਜੋ ਸੌਂਕੇ ਆਉਂਦੇ ਹਨ, ਸੁਪਨੇ ਉਹ ਹੁੰਦੇ ਹਨ ਜੋ ਸੌਣ ਨਹੀਂ ਦਿੰਦੇ, ਆਪਣੇ ਉਹ ਨਹੀਂ ਹੁੰਦੇ ਜੋ ਰੋਇਆਂ ਦੇ ਕੋਲ ਆਉਣ, ਆਪਣੇ ਉਹ ਹੁੰਦੇ ਨੇ ਜੋ ਰੋਣ ਨਹੀਂ ਦਿੰਦੇ। ਸੋ ਇਤਨੀ ਬੇਨਤੀ ਪਰਵਾਨ, ਸਤਿ ਸ਼੍ਰੀ ਅਕਾਲ, ਨਮਸਤੇ। ਜੇ ਤੁਸੀਂ ਮੇਰੇ ਯੂਟਿਊਬ 'ਤੇ ਚੈਨਲ 'ਤੇ ਨਵੇਂ ਆਏ ਹੋ ਸੋ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਮੈਂ ਆਪ ਜੀ ਦੇ ਨਾਲ ਸਾਂਝ ਪਾ ਸਕਦਾ। ਧੰਨਵਾਦ, ਨਮਸਤੇ।